ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਛੋਟਾ ਵੀਰ ਲਵ ਨਾਗਰਾ। ਸੋ ਮੈਂ ਇਹ ਵੀਡੀਓ ਜਿਹੜੀ ਅੱਜ ਬਣਾਉਣ ਜਾ ਰਿਹਾ ਜੀ, ਇਹ ਖਾਸ ਲੱਖਾ ਚੂੜ ਚੱਕ ਬਾਰੇ ਆ ਇਹ ਵੀਡੀਓ। ਸੋ ਪਲੀਜ਼ ਤੁਸੀਂ ਸਾਰੇ ਜਾਣੇ ਇਸ ਵੀਡੀਓ ਨੂੰ ਉਸ ਲੱਖੇ ਝੂਠੇ ਇਨਸਾਨ ਤੱਕ ਜ਼ਰੂਰ ਪਹੁੰਚਾਇਓ, ਸ਼ੇਅਰ ਕਰਿਓ। ਤੇ ਇਹ ਗੱਲ ਹੈਗੀ ਆ ਜੀ, ਥੋੜੇ ਕੁ ਦਿਨਾਂ ਦੀ ਗੱਲ ਆ। ਇੱਕ ਤੁਸੀਂ ਵੀਡੀਓ ਦੇਖੀ ਹੋਊਗੀ, ਪਿੰਡ ਸੀਗਾ ਘੰਡਾ ਵਾਲਾ ਜ਼ਿਲ੍ਹਾ ਬਠਿੰਡਾ, ਘੰਡਾ ਵਾਲਾ ਜ਼ਿਲ੍ਹਾ ਬਠਿੰਡਾ। ਸੋ ਉਸ ਪਿੰਡ ਦੇ ਵਿੱਚ ਇੱਕ ਕੁੜੀ ਸੀਗੀ ਜੋ ਆਪਣੇ ਮਾਂ ਬਾਪ ਨੂੰ ਰੇਹੜੀ ਦੇ ਵਿੱਚ ਬਿਠਾ ਕੇ ਪਿੰਡ ਦੇ ਵਿੱਚ ਮੰਗ ਕੇ ਆਉਂਦੇ ਸੀਗੇ, ਜਾ ਕੇ ਰੋਟੀ ਚਾਹ ਪਾਣੀ ਸਾਰਾ ਕੁਛ ਜੇ ਕੋਈ ਦੇ ਦਿੰਦਾ ਸੀਗਾ ਵਿਚਾਰੇ ਖਾ ਲੈਂਦੇ ਸੀਗੇ, ਜੇ ਕੋਈ ਨਹੀਂ ਦਿੰਦਾ ਸੀਗਾ ਤਾਂ ਚਲੋ ਵਾਪਸ ਆ ਜਾਂਦੇ ਸੀਗੇ। ਉਹ ਵੀਡੀਓ ਦੇਖ ਕੇ ਬੜਾ ਦਿਲ ਨੂੰ ਦੁੱਖ ਲੱਗਾ ਤੇ ਰੂਹ ਕੰਬ ਜਾਂਦੀ ਆ ਜਿਹਨੇ ਵੀ ਉਹ ਵੀਡੀਓ ਦੇਖੀ ਹੋਊਗੀ, ਤੁਸੀਂ ਸਾਰਿਆਂ ਨੇ ਦੇਖੀ ਹੋਣੀ ਆ। ਸੋ ਉਹ ਵੀਡੀਓ ਦੇਖਣ ਦੇ ਬਾਅਦ ਲੱਖੇ ਦੇ ਨਾਲ ਗੱਲਬਾਤ ਕੀਤੀ ਗਈ, ਉਹਨੇ ਸਪੈਸ਼ਲੀ ਆਪਣਾ ਨੰਬਰ ਉੱਤੇ ਦਿੱਤਾ ਹੋਇਆ ਸੀਗਾ, ਉੱਪਰ ਵੀ ਤੇ ਥੱਲੇ ਵੀ ਦੋਨੇ ਪਾਸੇ ਉਹਨੇ ਆਪਣੇ ਨੰਬਰ ਦਿੱਤੇ ਸੀਗੇ ਲੱਖੇ ਨੂੰ ਫੋਨ ਲਾ ਕੇ, ਲੱਖਾ ਚੂੜ ਚੱਕ ਵਾਲਾ ਜਿਹੜਾ, ਉਹਦੇ ਨਾਲ ਗੱਲ ਕੀਤੀ ਗਈ ਵੀ ਭਾਜੀ ਪੈਸੇ ਦੱਸੋ ਕਿਹਨੂੰ ਪਾਉਣੇ ਆ। ਉਸ ਬੰਦੇ ਨੇ ਇੱਕ ਨਾਮ ਦਿੱਤਾ ਦੇਸਾ ਸਿੰਘ, ਇੱਕ ਦੇਸਾ ਸਿੰਘ ਦੇ ਨਾਂ ਤੇ ਪੈਸੇ ਪਾਏ ਗਏ, ਇੱਕ ਲੱਖਾ ਚੂੜ ਚੱਕ ਵਾਲੇ ਦੇ ਨਾਂ ਤੇ ਪੈਸੇ ਪਾਏ ਗਏ। ਹੁਣ ਤੱਕ ਤਕਰੀਬਨ 2 ਲੱਖ ਰੁਪਇਆ ਜਿਹੜਾ ਆ ਇਹਨਾਂ ਦੋਨਾਂ ਬੰਦਿਆਂ ਦੇ ਨਾਂ ਤੇ ਪਾ ਦਿੱਤਾ ਗਿਆ ਆ। ਪਰ ਅੱਜ ਮੈਂ ਉਹ ਵੀਡੀਓ ਦੇਖੀ, ਬੜਾ ਦੁੱਖ ਲੱਗਾ। ਸਿਰਫ 2000 ਰੁਪਇਆ ਉਸ ਪਰਿਵਾਰ ਤੱਕ ਪਹੁੰਚਿਆ, ਸਿਰਫ 2000 ਰੁਪਇਆ, ਹਜੇ ਤੱਕ ਕੋਈ ਰੁਪਇਆ ਨਹੀਂ ਉਹਦਾ ਤੱਕ ਪਹੁੰਚਿਆ। ਸੋ ਲੱਖੇ ਨੂੰ ਮੈਂ ਬਹੁਤ ਫੋਨ ਲਾਏ ਤੇ ਮੇਰੇ ਯਾਰ ਦੋਸਤ ਜਿਹੜੇ ਆ ਜਿਨ੍ਹਾਂ ਨੇ ਪੈਸੇ ਭੇਜੇ ਉਹਨਾਂ ਨੇ ਵੀ ਕਾਫੀ ਟਰਾਈ ਕੀਤੀ ਫੋਨ ਦੀ, ਬਟ ਉਹਨੇ ਕੋਈ ਆਂਸਰ ਨਹੀਂ ਦਿੱਤਾ। ਮੇਰੇ ਕੋਲ ਪ੍ਰੂਫ ਹੈਗੇ ਆ, ਜਿਹੜੇ ਆਪਾਂ ਪੈਸੇ ਪਾਏ ਹੋਏ ਆ, ਰਿਕਾਰਡਿੰਗਾਂ ਵਟਸਐਪ ਦੀਆਂ, ਉਹਨਾਂ ਬੋਲ ਕੇ ਗੱਲ ਕੀਤੀ ਗਈ, ਬਟ ਉਸ ਤੋਂ ਬਾਅਦ ਦੇ ਵਿੱਚ ਪੈਸੇ ਪਾ ਦਿੱਤੇ ਗਏ, ਉਹਨੇ ਆਪਣਾ ਫੋਨ ਜਿਹੜਾ ਆਫ ਕਰ ਲਿਆ ਤੇ ਕੋਈ ਰਿਪਲਾਈ ਨਹੀਂ ਕੀਤਾ। ਲੱਖਿਆ ਮੈਂ ਤੈਨੂੰ ਇੱਕ ਗੱਲ ਕਹੂੰਗਾ, ਤੂੰ ਗਰੀਬਾਂ ਦੇ ਨਾਲ ਧੋਖਾ ਕੀਤਾ ਆ, ਠੀਕ ਆ। ਜੇ ਗਰੀਬਾਂ ਦੇ ਨਾਲ ਤੂੰ ਧੋਖਾ ਕੀਤਾ ਨਾ ਪੁੱਤਰਾ, ਤੈਨੂੰ ਇਹਦਾ ਹਰਜਾਨਾ ਭਰਨਾ ਪਊਗਾ। ਮੈਂ ਤੇਰੀ ਲੱਤ ਏਦਾਂ ਦੀ ਤੋੜਨੀ ਹੈ ਨਾ, ਦੁਨੀਆਂ ਦੇ ਜਿਹੜੇ ਮਰਜ਼ੀ ਕੋਨੇ ਚ ਤੂੰ ਲੁਕ ਜਾਵੇਂ, ਇੰਡੀਆ ਦੇ ਵਿੱਚ ਜਿੱਥੇ ਮਰਜ਼ੀ ਤੂੰ ਹੈਗਾ ਆ, ਤੈਨੂੰ ਮੈਂ 5 ਦਿਨ ਦਾ ਟਾਈਮ ਦਿੰਦਾ ਆ, ਸਿਰਫ 5 ਦਿਨ। ਜੇ ਤੂੰ ਵੀਡੀਓ ਆਪਣੀ ਨਾ ਬਣਾ ਕੇ ਨਾ ਫੇਸਬੁੱਕ ਤੇ ਪਾਈ, ਤੇਰੀ ਬਹੁਤ ਲੱਤ ਤੋੜ ਕੇ ਤੈਨੂੰ ਮੰਜੇ ਤੇ ਜ਼ਿੰਦਗੀ ਭਰ ਲਈ ਨਾ ਪਾਇਆ ਤਾਂ ਮੇਰਾ ਨਾਂ ਵਟਾ ਦੀ। ਮੈਂ ਤੈਨੂੰ ਤਾਂ ਇੰਨੀ ਗੱਲ ਮੈਂ ਤੈਨੂੰ 100% ਸ਼ੋਰ ਕਹਿ ਦਿੰਦਾ ਆ। ਸੋ ਪਲੀਜ਼ ਤੁਸੀਂ ਜਿੰਨੇ ਜਾਣੇ ਵੀ ਇਹ ਵੀਡੀਓ ਦੇਖ ਰਹੇ ਆ, ਤੁਸੀਂ ਉਸ ਬੰਦੇ ਦੇ ਨਾਂ ਤੇ ਪੈਸਾ 1 ਰੁਪਇਆ ਨਾ ਪਾਇਓ, ਉਹ ਬੰਦਾ ਫਰੋਡ ਆ। ਪੈਸੇ ਸਾਰੇ ਇਕੱਠੇ ਕਰਕੇ ਆਪਣੇ ਕੋਲ ਰੱਖਦੇ ਪਏ ਆ ਉਹ। ਤੋ ਜਿੰਨੇ ਵੀ ਸੇਵਾ ਕਰਨੀ ਆ ਡਾਇਰੈਕਟਲੀ ਉਹਨਾਂ ਦੇ ਘਰੇ ਜਾਓ, ਉਸ ਪਰਿਵਾਰ ਦੇ ਜਾ ਕੇ ਉਹਨਾਂ ਨੂੰ ਪੈਸੇ ਦੇ ਕੇ ਆਓ। ਸੋ ਵੱਧ ਚੜ ਕੇ ਵੀਡੀਓ ਨੂੰ ਪਲੀਜ਼ ਤੁਸੀਂ ਸ਼ੇਅਰ ਕਰਿਓ। ਇਹ ਵੀਡੀਓ ਜਿਹੜੀ ਆ ਲੱਖੇ ਤੱਕ ਪਹੁੰਚਾਉਣੀ ਆ, ਲੱਖਾ ਚੂੜ ਚੱਕ ਵਾਲਾ ਜਿਹੜਾ ਆ। ਜੇ ਤੂੰ ਮਿੱਤਰਾ ਨਾ ਲਾਈਵ ਹੋ ਕੇ ਵੀਡੀਓ ਬਣਾ ਕੇ ਨਾ ਉੱਥੇ ਪੈਸੇ ਦੇ ਕੇ ਨਾ ਪਾਈ, ਤੇ ਤੇਰੀ ਲੱਤ ਤੇਰੀ ਨਾ ਜਿਹੜੀ ਆ ਉਹ ਤੋੜ ਕੇ ਵੀਡੀਓ ਬਣਾ ਕੇ ਫੇ ਪਾਉਣੀ ਆ ਨੈਟ ਤੇ, ਠੀਕ ਆ। ਸਾਨੂੰ ਉਹਨਾਂ ਚੋਂ ਨਾ ਜਾਣੀ ਜਿਹੜੇ ਲੰਡੂ ਹੁੰਦੇ ਆ ਵੀ ਉਦਾਂ ਹੀ ਪਾਤੀਆਂ ਫੇਸਬੁੱਕਾਂ ਤੇ ਚੱਕ ਕੇ, ਬਸ ਲਾਈਵ ਹੋ ਗਿਆ ਉਦਾਂ ਹੀ ਚੱਕ ਕੇ ਨਾ ਕਾਰਗੋ ਦਿੱਤਾ। ਜੇ ਅਸੀਂ ਹੈਗੇ ਅਸੀਂ ਇੰਨੇ ਮਤਲਬ ਕਹਿ ਦਈਏ ਇੰਨੇ ਚੰਗੇ ਵੀ ਨੀ ਗੇ ਅਸੀਂ, ਵੀ ਜੇ ਅਸੀਂ ਬਹੁਤ ਚੰਗੇ ਆ, ਠੀਕ ਆ। ਅਸੀਂ ਇੰਡੀਆ ਤੋਂ ਹੀ ਗਏ ਆ, ਇੰਡੀਆ ਦੇ ਵਿੱਚ ਸਾਡੇ ਸਾਰੇ ਬੰਦੇ ਇੰਡੀਆ ਦੇ ਵਿੱਚ ਹੈਗੇ ਆ, ਠੀਕ ਆ। ਸਾਡੇ ਲਿੰਕ ਹਜੇ ਵੀ ਇੰਡੀਆ ਚ ਆ। ਸੋ ਤੈਨੂੰ ਇੰਨੀ ਮੈਂ ਗੱਲ ਦੱਸ ਦਿੰਦਾ ਆ, ਤੇਰੀ ਲੱਤ ਨਾ ਤੋੜੀ ਹੈ ਨਾ ਤਾਂ ਮੇਰਾ ਨਾਂ ਵਟਾ ਦੀ, ਓਕੇ। ਸੋ ਜਲਦੀ ਤੋਂ ਜਲਦੀ ਜਾ ਕੇ ਉਸ ਪਰਿਵਾਰ ਤੱਕ ਪੈਸੇ ਪਹੁੰਚਾ ਕੇ ਆ, ਆਪਣੀ ਵੀਡੀਓ ਬਣਾ ਕੇ ਪਾ। ਚੰਗਾ ਜੀ, ਸਤਿ ਸ੍ਰੀ ਅਕਾਲ ਜੀ। ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਇਹਨੂੰ ਅਕਲ ਦੇਣੀ ਹੈ ਇਸ ਬੰਦੇ ਨੂੰ। ਓਕੇ, ਚੰਗਾ ਜੀ, ਸਤਿ ਸ੍ਰੀ ਅਕਾਲ ਜੀ।